ਪਿਆਰੇ ਬੱਚਿਓ ਅੱਜ ਆਪਾਂ ਕਰਨ ਜਾ ਰਹੇ ਹਾਂ ਨੈਸ ਅਭਿਆਸ 26 ਜਮਾਤ ਤੀਸਰੀ ਵਿਸ਼ਾ ਗਣਿਤ ਪਹਿਲਾ ਸਵਾਲ ਹੇਠਾਂ ਤਸਵੀਰ ਵਿੱਚ ਛੋਟੇ ਡੱਬਿਆਂ ਦੀ ਗਿਣਤੀ ਕਿੰਨੀ ਹੈ ਬੱਚਿਓ ਸਾਨੂੰ ਇਸ ਡੱਬਿਆਂ ਦੇ ਥੱਲੇ ਇਸ ਦੀ ਗਿਣਤੀ ਦੱਸੀ ਗਈ ਹੈ ਇਹ ਜੋ ਪਹਿਲੀ ਸਾਡੀ ਅਕ੍ਰਿਤੀ ਹੈ ਇਸ ਦੇ ਵਿੱਚ ਡੱਬਿਆਂ ਦੀ ਗਿਣਤੀ 100 ਹੈ ਇਨਾ ਦੀ ਗਿਣਤੀ 10 ਹੈ ਇੱਥੇ ਇੱਕ ਅਤੇ ਫਿਰ ਇੱਕ ਅਸੀਂ ਇਹਨਾਂ ਢਬਿਆਂ ਦੀ ਕੁੱਲ ਗਿਣਤੀ ਦਸਣੀ ਹੈ ਆਪ ਜੋੜ ਕਰਦੇ ਹਾਂ 100 110 111 112 ਸੋ ਸਾਡਾ ਸਹੀ ਆਨਸਰ ਹੋਏਗਾ ਸਸਾ ਜਿਸ ਨੂੰ ਅਸੀਂ ਸਰਕਲ ਕਰ ਦਵਾਂਗੇ ਸਵਾਲ ਨੰਬਰ 2 ਹੇਠਾਂ ਦਿੱਤੀ ਸਾਰਣੀ ਵਿੱਚ ਵੱਖ-ਵੱਖ ਬੱਚਿਆਂ ਕੋਲ ਬੰਟਿਆਂ ਦੀ ਗਿਣਤੀ ਨੂੰ ਦਰਸਾਇਆ ਗਿਆ ਹੈ। ਸੁਖਜੀਤ ਅਤੇ ਬੰਟੀ ਦੇ ਬੰਟਿਆਂ ਦੀ ਗਿਣਤੀ ਦਾ ਅੰਤਰ ਪਤਾ ਕਰੋ। ਬੱਚਿਓ, ਸਾਨੂੰ ਇੱਕ ਸੂਚੀ ਦਿੱਤੀ ਗਈ ਹੈ ਜਿਸ ਵਿੱਚ ਇੱਕ ਪਾਸੇ ਬੱਚੇ ਦਾ ਨਾਮ, ਦੂਸਰੇ ਪਾਸੇ ਉਸ ਕੋਲ ਜਿੰਨੇ ਬੰਟੇ ਹਨ, ਉਹਨਾਂ ਦੀ ਗਿਣਤੀ ਦਿੱਤੀ ਗਈ ਹੈ। ਅਸੀਂ ਸੁਖਜੀਤ ਅਤੇ ਬੰਟੀ ਕੋਲ ਕਿੰਨੇ ਬੰਟੇ ਹਨ, ਉਹਨਾਂ ਦਾ ਫਰਕ ਜਾਂ ਅੰਤਰ ਦੱਸਣਾ ਹੈ। ਆਓ ਦੇਖਦੇ ਹਾਂ। ਸੁਖਜੀਤ ਕੋਲ ਬੰਟੇ ਆ ਜੀ 658 ਬੰਟੀ ਦੇ ਕੋਲ ਵੰਟ ਇਹ ਹਨ 685 ਹੁਣ ਅਸੀਂ ਇਹਨਾਂ ਦਾ ਦੋਨਾਂ ਦਾ ਅੰਤਰ ਦੱਸਣ ਲਈ ਇਹਨਾਂ ਦੋਨਾਂ ਨੂੰ ਮਾਈਨਸ ਕਰਤਾਵਾਂਗੇ 685 658 ਬੱਚਿਓ ਜਦੋਂ ਇਹਨੂੰ ਮਾਈਨਸ ਕਰਾਂਗੇ ਤੁਸੀਂ ਇਹ ਮਾਈਨਸ ਚ ਆਂਦੇ ਹੋ 15 ਚੋਂ 8 ਕੱਢੇ 7 7 ਵਿੱਚੋਂ 5 ਕੱਢੇ 2 اور ਸਾਡੇ ਕੋਲ ਇੱਥੇ ਬਚ ਗਈ 0 یعنی ਕਿ ਇਹਨਾਂ ਦੋਨਾਂ ਦੇ ਬੰਟੇ ਦਾ ਫਰਕ ਹੈ 27 اور ਸਹੀ ਆਨਸਰ ਹੋਏਗਾ ਸਾਡਾ E ਜਿਸ ਨੂੰ ਅਸੀਂ ਸਰਕਲ ਕਰ ਦਵਾਂਗੇ ਸਵਾਲ ਨੰਬਰ 3 ਜੇਕਰ ਗਮਲੇ ਵਿੱਚ ਰੋਜ਼ 2 ਮਗ ਪਾਣੀ ਪਾਇਆ ਜਾਂਦਾ ਹੈ ਤਾਂ 3 ਦਿਨਾਂ ਵਿੱਚ ਗਮਲੇ ਵਿੱਚ ਕਿੰਨੇ ਮਗ ਪਾਣੀ ਪਾਇਆ ਜਾਵੇਗਾ ਬੱਚਿਓ ਇੱਕ ਦਿਨ ਵਿੱਚ ਅਸੀਂ 2 ਮੱਗ ਪਾਉਂਦੇ ਹਾਂ 2 ਦਿਨਾਂ ਵਿੱਚ 4 ਹੋ ਜਾਣਗੇ ਔਰ 3 ਦਿਨਾਂ ਵਿੱਚ 6 ਮੱਗ ਪਾਣੀ ਹੋ ਜਾਵੇਗਾ ਸੋ ਸਾਡਾ ਸਹੀ ਆਨਸਰ ਹੋਵੇਗਾ 6 ਆਓ ਦੇਖਦੇ ਹਾਂ 6 ਮੱਗ 6 ਮੱਗ ਸਾਡੇ ਕੋਲ ਹੈ ਬੱਚਿਓ 1 2 3 4 5 6 ਆਪਸ਼ਨ ਨੰਬਰ ਸ ਸ ਹੈ ਤੇ ਸੋ ਸਾਡਾ ਸਹੀ ਆਨਸਰ ਹੋਵੇਗਾ ਸ ਜਿਸ ਨੂੰ ਅਸੀਂ ਸਰਕਲ ਕਰ ਦੋਗੇ ਸਵਾਲ ਨੰਬਰ 4 ਨਮੂਨਾ ਪੂਰਾ ਕਰੋ ਬੱਚਿਓ ਇਹਦੇ ਵਿੱਚ ਸਾਨੂੰ ਐਰੋ ਦਿੱਤੇ ਗਏ ਹਨ ਪਹਿਲਾ ਐਰੋ ਸੱਜੇ ਪਾਸੇ ਜਾ ਰਿਹਾ ਹੈ ਫਿਰ ਐਰੋ ਹੇਠਾਂ ਜਾ ਰਿਹਾ ਹੈ ਫਿਰ ਖੱਬੇ ਪਾਸੇ ਜਾ ਰਿਹਾ ਹੈ ਫਿਰ ਉੱਪਰ ਵੱਲ ਜਾ ਰਿਹਾ ਹੈ ਉਸ ਤੋਂ ਬਾਅਦ ਫਿਰ ਇਹ ਜਿਹੜੀ ਲੜੀ ਸ਼ੁਰੂ ਹੋ ਗਈ ਹੈ ਸੱਜੇ ਪਾਸੇ ਜਾ ਰਿਹਾ ਹੈ ਉਹਨից ਤੋਂ ਬਾਅਦ ਹੇਠਾਂ ਵੱਲ ਜਾਏਗਾ ਫਿਰ ਸਾਡਾ ਸਹੀ ਆਨਸਰ ਹੋਏਗਾ ਸੱਸਾ ਜਿਸ ਨੂੰ ਅਸੀਂ ਸਰਕਲ ਕਰ ਦਵਾਂਗੇ ਸਵਾਲ ਨੰਬਰ 5 ਪੈਨ ਦੀ ਲੰਬਾਈ ਕਿੰਨੀ ਹੈ ਬੱਚਿਓ ਅਸੀਂ ਇਸ ਸਕੇਲ ਤੇ ਪੈਨ ਦੀ ਲੰਬਾਈ ਦੇਖਾਂਗੇ ਕਿ ਜਿਹੜਾ ਪੈਨ ਆ ਇਹਦੀ ਲੰਬਾਈ ਆ ਰਹੀ ਸਾਡੇ ਕੋਲ 11 ਸੈਂਟੀਮੀਟਰ ਸਾਨੂੰ ਆਪਸ਼ਨ ਦਿੱਤੀ ਗਈ ਹੈ 11 ਮੀਟਰ 10 ਸੈਂਟੀਮੀਟਰ ਤੋਂ 1 ਸੈਂਟੀਮੀਟਰ ਜ਼ਿਆਦਾ 11 ਕਿਲੋਮੀਟਰ 11 ਮਿਲੀਮੀਟਰ ਬੱਚਿਓ ਸਾਡੇ ਕੋਲ ਪੈਨ ਦੀ ਜਿਹੜੀ ਲੰਬਾਈ ਆ ਰਹੀ ਸੀ 11 ਸੈਂਟੀਮੀਟਰ ਜੋ ਕਿ ਹੈ 10 ਸੈਂਟੀਮੀਟਰ ਤੋਂ 1 ਜ਼ਿਆਦਾ ਸੈਂਟੀਮੀਟਰ ਮਤਲਬ AB ਕਿੰਨਾ ਸੈਂਟੀਮੀਟਰ ਹੀ ਹੈ ਸੋ ਸਾਡਾ ਸਹੀ ਆਨਸਰ ਹੋਏਗਾ 8 ਬੱਚਿਓ AC ਸਾਡੀ ਅੱਜ ਦੀ ਗਣਿਤ ਵਿਸ਼ੇ ਦੀ ਅਭਿਆਸ ਸ਼ੀਟ ਆਸ ਕਰਦਾ ਹਾਂ ਕਿ ਤੁਸੀਂ ਇਸ ਨੂੰ ਕਰ ਜਾ ਕੇ ਵੀ ਦੁਹਾਈ ਕਰੋਗੇ ਅਤੇ ਇਸ ਤੋਂ ਕੁਝ ਨਾ ਕੋਈ ਜ਼ਰੂਰ ਸਿੱਖੋਗੇ ਥੈਂਕ ਯੂ ਬੇਟਾ